ਹੋਲੇ ਮਹੱਲੇ ਦੇ ਸਮਾਗਮ ਚੱਲ ਰਹੇ ਨੇ। ਅਸੀਂ ਇਸ ਵਕਤ ਚਰਨ ਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੌਜੂਦ ਹਾਂ, ਜਿੱਥੇ ਕੁਝ ਹੀ ਦੇਰ ਬਾਅਦ ਜਿਹੜਾ ਘੋੜ ਦੌੜਾ ਮਹੱਲਾ ਕੱਢਿਆ ਜਾਣਾ ਨਿਹੰਗ ਸਿੰਘਾਂ ਨਿਹੰਗ ਸਿੰਘ ਫੌਜਾਂ ਜਿਹੜੀਆਂ ਤਿਆਰ ਬਰ ਤਿਆਰ ਨੇ। ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ, ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਵੀ ਮੌਜੂਦ ਨੇ ਸਾਡੇ ਨਾਲ। ਇੱਥੇ ਕੁਝ ਭਾਈ ਸਾਹਿਬ ਜੀ ਨਿਹੰਗ ਸਿੰਘ ਫੌਜਾਂ ਜਿਹੜੀਆਂ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਵਾਹਿਗੁਰੂ ਜੀ ਖਾਲਸਾ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਿੱਥੋਂ ਆਏ ਹੋ? ਅੰਮ੍ਰਿਤਸਰ ਸਾਹਿਬ ਤੋਂ ਜੀ, ਗੁਰਪੰਥ ਸਿੰਘ ਜੀ। ਬਾਬਾ ਜੀ, ਕੀ ਹੋਲੇ ਮਹੱਲੇ ਦੀ ਲੋੜ ਕੀ ਪਈ ਸੀ ਗੁਰੂ ਸਾਹਿਬ ਨੂੰ, ਕੀ ਮਹੱਤਤਾ ਕੀ ਹੈ? ਮਹੱਤਤਾ ਉਰੇ ਐਕਚੁਅਲੀ ਮੈਂ ਮਾਈਕ 'ਚ ਬੋਲਦਾ ਨੀਗਾ, ਉਹਦੇ ਲਈ ਮਾਫੀ। ਹੋਲੇ ਮਹੱਲੇ ਦੀ ਸਾਰੀ ਸੰਗਤ ਨੂੰ ਮੁਬਾਰਕਾਂ ਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸਾਡੇ ਨਾਲ ਇੱਥੇ ਛੋਟੇ ਬੱਚੇ ਜਿਹੜੀਆਂ ਛੋਟੀਆਂ ਫੌਜਾਂ ਵੀ ਮੌਜੂਦ ਨੇ। ਬੱਚੇ ਕੀ ਨਾਮ ਹੈ? ਮੇਰਾ ਨਾਮ ਪ੍ਰਭਜੋਤ ਸਿੰਘ ਹੈ। ਕਿੱਥੋਂ ਆਏ ਹੋ ਜੀ? ਮੈਂ ਜਲੰਧਰੋਂ ਆਇਆ। ਜਲੰਧਰ ਤੋਂ ਆਏ ਹੋ, ਪਹਿਲੀ ਵਾਰ ਆਏ ਹੋ ਅਨੰਦਪੁਰ ਸਾਹਿਬ? ਹਾਂਜੀ। ਕਿਵੇਂ ਮਹਿਸੂਸ ਹੋ ਰਿਹਾ? ਬਹੁਤ ਵਧੀਆ ਮਹਿਸੂਸ ਹੋ ਰਿਹਾ। ਪਹਿਲਾਂ ਹੋਲੀਆਂ ਖੇਡਦੇ ਸੀ, ਅੱਜ ਹੋਲਾ ਮਹੱਲਾ ਖੇਡ ਰਹੇ ਹਾਂ। ਹਾਂਜੀ। ਰੱਗ ਜਾਵੇ ਨਿਆਲ ਹੋ ਜਾਵੇ ਸਿੱਧਾ ਸਿੰਘਲ ਮੈਨੂੰ ਭਾਵੇ। ਕੀ ਫਰਕ ਲੱਗਦਾ ਉਸ ਹੋਲੀ ਤੇ ਇਸ ਹੋਲੇ ਚ? ਇੱਥੇ ਨਜ਼ਾਰਾ ਆਉਂਦਾ। ਨਜ਼ਾਰਾ ਆਉਂਦਾ? ਹਾਂਜੀ, ਬਹੁਤ ਜ਼ਿਆਦਾ। ਕੀ ਨਜ਼ਾਰਾ ਆਉਂਦਾ ਇੱਥੇ? ਕੀ ਵੱਖਰਾ ਕੀ ਉੱਥੋਂ ਨਾਲ? ਇੱਥੇ ਨਾਲ ਵੱਖਰਾ ਕਿੰਨੇ ਸਿੰਘ ਨੇ ਇੱਥੇ ਹੋਲਾ ਮਹੱਲਾ ਵਧੀਆ। ਹਾਂਜੀ, ਸਿੰਘ ਸੱਜੇ ਹੋਏ ਨੇ। ਕਿਹਾ ਖੇਡਣਾ ਹੁਣ ਥੋੜੀ ਦੇਰ ਨੂੰ? ਹਾਂਜੀ, ਤਿਆਰੀ ਹੈ ਪੂਰੀ। ਹਾਂਜੀ, ਕਮਰ ਕਿੱਸੇ ਕਰ ਲੈ? ਪੂਰੀ ਪੂਰੀ ਤਿਆਰੀ ਹੈ, ਪੂਰੀ ਤਿਆਰੀ ਹੈ। ਹੋਰ ਵੀ ਜਿਹੜੀਆਂ ਫੌਜਾਂ, ਲਾਡਲੀਆਂ ਫੌਜਾਂ ਗੁਰੂ ਦੀਆਂ ਮੌਜੂਦ ਨੇ। ਬਾਬਾ ਜੀ, ਕੀ ਨਾਮ ਹੈ ਤੁਹਾਡਾ? ਹਰਮੀਤ ਸਿੰਘ। ਕਿੱਥੋਂ ਆਏ ਹੋ? ਜਲੰਧਰੋਂ। ਜਲੰਧਰ ਤੋਂ ਆਏ ਹੋ, ਪਹਿਲੀ ਵਾਰ ਆਏ ਹੋ ਬਾਬਾ ਜੀ? ਹਾਂਜੀ। ਕਿਵੇਂ ਲੱਗ ਰਿਹਾ? ਬਹੁਤ ਵਧੀਆ। ਵਧੀਆ ਲੱਗ ਰਿਹਾ? ਹਾਂਜੀ। ਉੱਥੇ ਹੋਲੀ ਖੇਡਦੇ ਸੀਗੇ? ਹਾਂਜੀ, ਇੱਥੇ ਹੋਲਾ ਮਹੱਲਾ ਖੇਡ ਰਹੇ ਹਾਂ। ਹੋਲਾ ਮਹੱਲਾ ਖੇਡ ਰਹੇ ਹਾਂ, ਗੱਤਕਾ ਵੀ ਖੇਡਣਾ? ਹਾਂਜੀ। ਜਗਾਰਾ ਗਜਾ ਦੋ ਫਿਰ। ਜਗਾਰਾ ਗਜਾਵੇ ਨਿਹਾਲ ਹੋ ਜਾਵੇ ਸ਼ਹੀਦਾਂ ਸਿੰਘਾਂ ਦੇ ਮਾਨੂੰ ਪਾਵੇ ਜੀ ਅਕਾਲ। ਤਾਂ ਇਹ ਸਨ ਨਿਹੰਗ ਸਿੰਘ ਫੌਜਾਂ, ਸਾਡੇ ਨਾਲ ਹੋਰ ਵੀ ਸਿੰਘ ਸਾਹਿਬ ਮੌਜੂਦ ਨੇ। ਬਾਬਾ ਜੀ ਕਿੱਥੋਂ? ਹਾਂਜੀ ਬਾਬਾ ਜੀ, ਅਸੀਂ ਜਲੰਧਰੋਂ ਆਏ ਜੀ। ਪਹਿਲੀ ਵਾਰ ਆਏ ਬਾਬਾ ਜੀ? ਹਾਂਜੀ ਬਾਬਾ ਜੀ, ਓਦਾਂ ਵੀ ਵਿੱਚ ਆਈਦਾ, ਬਟ ਹੋਲੇ ਮਹੱਲੇ ਦੇ ਪਹਿਲੀ ਵਾਰ ਦਰਸ਼ਨ ਕਰੇ। ਬਾਬਾ ਜੀ, ਚੜ੍ਹਦੀ ਕਲਾ, ਆਨੰਦ ਜੀ, ਜੋ ਦੁਨੀਆਂ ਦਾ ਆਨੰਦ ਆਪਾਂ ਵੀ ਪੈਸੇ ਦੇ ਕੇ ਵੀ ਨਹੀਂ ਖਰੀਦ ਸਕਦੇ, ਇਹ ਉਹ ਮਹਾਰਾਜ ਨੇ ਤਾਂ ਆਨੰਦ ਬਖਸ਼ੇ ਨਾ ਵੀ, ਜਿਹੜਾ ਨਾ ਭੁੱਲਣ ਯੋਗ ਆਈ ਹੈ ਜੀ। ਬਾਬਾ ਜੀ, ਕੀ ਜ਼ਰੂਰਤ ਪੈ ਗਈ ਸੀ ਜਾਂ ਕੀ ਆਪਾਂ ਕਹਿ ਲਈਏ ਮਹੱਤਤਾ ਕੀ ਹੈ ਜਿਹੜੀ ਹੋਲੇ ਮਹੱਲੇ ਦੀ? ਹੋਲਾ ਦੇਖੋ, ਆਪਾਂ ਜਿੱਦਾਂ ਕਹਿ ਲੈਣਾ ਵੀ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਹੈ, ਲੋਕਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਬੋਲਾ ਹੈ। ਠੀਕ ਹੈ ਜੀ, ਤੁਸੀਂ ਆਪ ਜੀ ਜਾਣਦੇ ਹੋਣੇ, ਜਿੱਦਾਂ ਕਿ ਆਮ ਜਿਹੜੇ ਲੋਕ ਹੋਲੀ ਖੇਡਦੇ ਨੇ ਉਹ ਰੰਗਾਂ ਤੋਂ ਰਹੇ ਜਾਂ ਕੁਝ ਹੋਰ ਗਲਤ ਚੀਜ਼ਾਂ ਵਰਤ ਕੇ ਖੇਡਦੇ ਨੇ, ਇਹ ਖਾਲਸੇ ਦਾ ਹੋਲਾ। ਇਸ ਤਰ੍ਹਾਂ ਮਹਾਰਾਜ ਜੀ ਦੇਖੋ, ਨਿਹੰਗ ਸਿੰਘ ਜੋ ਆਪਣੇ ਸਿੰਘ ਨੇ ਤਿਆਰ ਬਰ ਤਿਆਰ, ਤੇ ਮਹਾਰਾਜ ਜੋ ਸਾਜੀ ਫੌਜ ਹੈ, ਇੱਥੇ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਤੇ ਉਸ ਤੋਂ ਬਾਅਦ ਮਹਾਰਾਜ ਨੇ ਨਿਹੰਗ ਸਿੰਘ ਦੀ ਜੋ ਪਰੰਪਰਾ ਅੱਗੇ ਮਹਾਰਾਜ ਨੇ ਤੋਰੀ, ਤੇ ਲੋਕਾਂ ਨੂੰ ਅਲੱਗ ਹੀ ਜੋ ਮਹਾਰਾਜ ਨੇ ਰੂਪ ਬਖਸ਼ਿਆ ਉਹ ਆਪ ਜੀ ਦੇਖੀ ਜੋ, ਸੋ ਪਿੱਛੇ ਵੀ ਸਿੰਘ ਆਏ ਹੋਏ ਨੇ, ਤੋ ਆਪ ਜੀ ਦਰਸ਼ਨ ਕਰ ਸਕਦੇ ਹੋ ਜੀ। ਕਨਿਆ ਸਿੰਘ ਜੀ ਜੀ, ਜਲੰਧਰ ਜੀ। ਜਲੰਧਰ ਫੌਜਾਂ ਆਈਆਂ ਸਾਰੀਆਂ ਹਾਂਜੀ, ਇੱਕ ਟੀਮ ਦੇ ਜੀ। ਠੀਕ ਹੈ ਜੀ, ਗੱਤਕਾ ਵੀ ਬਾਬਾ ਜੀ ਖੇਡਿਆ ਜਾਣਾ ਥੋੜੀ ਦੇਰ ਨੂੰ? ਹਾਂਜੀ ਹਾਂਜੀ, ਗੱਤਕਾ ਖੇਡਿਆ ਜੀ, ਬਈ ਫੁੱਲ ਤਿਆਰੀ ਹੈ। ਇੱਥੇ ਜੀ ਰੇਸ਼ਾਂ ਲੱਗਣਗੀਆਂ ਘੋੜਿਆਂ ਦੇ ਜੀ, ਜੇ ਸਿੰਘ ਸਿੰਘ ਨਿੰਗ ਸਿੰਘ ਆਪਣਾ ਦਿਖਾਣਗੇ ਪ੍ਰਚਾਰ ਜੀ। ਕੋਈ ਇਨਾਮ ਵਗੈਰਾ ਸਨਮਾਨਿਤ ਸਨਮਾਨ ਕਰਨ ਲਈ ਕੁਝ ਰੱਖਿਆ ਗਿਆ? ਨਹੀਂ, ਹਾਲੇ ਅਭੀ ਫਿਲਹਾਲ ਕੋਈ ਪਤਾ ਨਹੀਂ, ਫਸਟ ਵਾਰ ਹੀ ਆਏ ਜੀ ਇੱਥੇ ਫਿਲਹਾਲ। ਹਾਂਜੀ ਹਾਂਜੀ। ਕਿਵੇਂ ਦਾ ਮਹਿਸੂਸ ਹੋ ਰਿਹਾ? ਬਹੁਤ ਆਨੰਦ ਆ ਰਿਹਾ ਜੀ, ਗੁਰੂ ਸਾਹਿਬ ਦੀ ਫੁੱਲ ਕਿਰਪਾ ਜੀ ਇੱਥੇ ਬਾਜੀ, ਹਰ ਸਾਲ ਆਇਆ ਕਰਾਂਗੇ, ਗੁਰੂ ਸਾਹਿਬ ਆਪ ਲੈ ਕੇ ਆਉਣ ਕਰਨਗੇ। ਥੋੜੀ ਦੇਰ ਤੱਕ ਇੱਥੇ ਗੱਤਕੇ ਦੇ ਪ੍ਰੋਗਰਾਮ ਤੇ ਘੋੜ ਦੌੜਾ ਮਹੱਲਾ ਜਿਹੜਾ ਖਾਲਸੇ ਵੱਲੋਂ ਪੂਰੀ ਜਾਹੋ ਜਲਾਲ ਨਾਲ ਦਿਖਾਏ ਜਾਣਗੇ, ਪਰ ਉਸ ਤੋਂ ਪਹਿਲਾਂ ਅਸੀਂ ਗੱਲ ਕਰ ਲੈਂਦੇ ਹਾਂ। ਸਾਡੇ ਨਾਲ ਮੌਜੂਦ ਨੇ ਪਿਆਰੇ ਖਾਲਸਾ ਜੀ, ਇੱਕ ਨਿਹੰਗ ਸਿੰਘ ਫੌਜ ਸਾਡੇ ਨਾਲ ਮੌਜੂਦ ਹੈ। ਬੱਚੇ ਕੀ ਨਾਮ ਹੈ? ਖੁਸ਼ਪ੍ਰੀਤ ਸਿੰਘ। ਕਿੱਥੋਂ ਆਏ ਹੋ? ਸਰਾਲੇ ਖੁਰ ਤੋਂ। ਪਹਿਲੀ ਵਾਰ ਆਏ ਹੋ ਇੱਥੇ? ਦੀ ਦੋ ਵਾਰੀ। ਪਹਿਲਾਂ ਕਦੋਂ ਆਏ ਸੀ? ਪਹਿਲਾਂ ਜਦ ਪਰਸੋਂ ਆਏ ਸੀ। ਪਰਸੋਂ ਆਏ ਸੀਗੇ? ਹਾਂਜੀ। ਤੇ ਪਹਿਲਾਂ ਹੋਲੀ ਘਰ ਮਨਾਉਂਦੇ ਸੀ? ਅਸੀਂ ਪਹਿਲਾਂ ਘਰ ਨਹੀਂ ਮਨਾਉਂਦੇ ਹੁੰਦੇ ਹੋਲੀ ਹਾਲੀ। ਫਿਰ ਕਿੱਥੇ ਮਨਾਉਂਦੇ ਸੀ? ਇੱਥੇ ਮਨਾਉਂਦੇ ਹੁੰਦੇ ਅਸੀਂ। ਇੱਥੇ ਮਨਾਉਂਦੇ ਹੁੰਦੇ ਹੋਲੀ? ਹਾਂਜੀ। ਕੀ ਫਰਕ ਹੈ ਇੱਥੇ ਤੇ ਘਰ ਦੇ ਵਿੱਚ? ਘਰ ਵਿੱਚ ਹਣਾ ਸਾਰੇ ਖੇਡਦੇ ਰਹਿੰਦੇ ਆ। ਸਾਰੇ ਖੇਡਦੇ ਰਹਿੰਦੇ ਆ, ਇੱਥੇ ਕੋਈ ਕੁਝ ਨਹੀਂ ਕਹਿੰਦਾ। ਪੰਜਾਂ ਪਿਆਰਾਂ ਦੇ ਨਾਮ ਪਤਾ? ਭਾਈ ਦਇਆ ਸਿੰਘ ਜੀ, ਭਾਈ ਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਕਨ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਚਾਰ ਸਾਹਿਬਜ਼ਾਦੇ
ਬਾਬਾ ਜੀਤ ਸਿੰਘ, ਬਾਬਾ ਜਵਾਹਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਤੁਹਾਨੂੰ ਪਤਾ ਜਿਹੜਾ ਸਾਹਿਬਜ਼ਾਦਿਆਂ ਨੂੰ ਦੁੱਧ ਕਿਸਨੇ ਪਿਆਇਆ ਸੀਗਾ? ਮੁਦਰਾ ਮਹਿਰਾ ਜੀ ਨੇ। ਠੀਕ ਹੈ, ਇਹ ਗੱਲਾਂ ਬਾਬਾ ਜੀ ਤੁਹਾਨੂੰ ਜਿੰਨੀ ਸਿੱਖਿਆ ਮਿਲਦੀ ਹੈ ਹਨਾ, ਕੌਣ ਦੱਸਦਾ ਕਿਸ ਤੋਂ ਕਿਸ, ਕੌਣ ਤੁਹਾਡਾ ਆਈਡੀਅਲ ਕੌਣ ਹੈ? ਸਾਡੀ ਟੀਚਰਾਂ ਸਿਖਾਉਂਦੀਆਂ ਹੁੰਦੀਆਂ। ਹਾਂਜੀ, ਸਾਡੀਆਂ ਟੀਚਰਾਂ ਸਿਖਾਉਂਦੀਆਂ ਹੁੰਦੀਆਂ। ਟੀਚਰਾਂ ਸਿਖਾਉਂਦੀਆਂ ਹੁੰਦੀਆਂ, ਘਰ ਵੀ ਸਿਖਾਉਂਦੇ ਨੇ? ਘਰ ਆਪਾਂ ਸਾਰਿਆਂ ਨੂੰ ਸਿਖਾਉਂਦੇ ਹੁੰਦੇ ਆ। ਅੱਛਾ, ਬਾਬਾ ਜੀ ਪਾਠ ਆਉਂਦਾ ਕੋਈ? ਹਾਂਜੀ, ਜਪਜੀ ਸਾਹਿਬ, ਚੌਪੀ ਸਾਹਿਬ, ਆਨੰਦ ਸਾਹਿਬ। ਮੂਲ ਮੰਤਰ ਦਾ ਪਾਠ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰ ਪਾਉ ਨਿਰ ਵੈਰ ਕਾਲ ਮਰੁਗ ਜੁਨੀ ਸਤੰਗ ਰੂਪ ਸਾਹਿਬ ਜਪ ਹਾਥ ਸਜੁਗਾ ਸੱਚ ਹੈਪੀ ਸੱਚ ਨਣ ਕੋਸੀ ਪੀ ਸੱਚ ਸੋਚੇ ਸੋਚਣ ਹੋ ਵੈਦੇ ਸੋਚੀ ਲਖਵਾਰ ਚੁੱਪੇ ਚੁੱਪਣ ਹੋ ਵਿਜੇ ਰਾਏ ਵਤਾਲੇ ਵਾਰ ਭੁੱਖਿਆ ਭੁੱਖਣਾ ਉਤਰੀ ਜੇ ਬੰਨਾ ਪੁਰੀਆ ਪਾਲ ਜੈਵ ਸਿਆਣਕਾ ਲਾਖੋਏ ਤਾਂ ਇੱਕ ਨਾ ਚੱਲੇ ਨਾਲ ਹੁਕਮੀ ਓਵਰ ਨਾ ਕਰ ਹੁਕਮ ਨਾ ਕੇ ਆ ਜਾਏ ਹੁਕਮੀ ਉਤਮਨੀ ਚ ਹੁਕਮ ਲਿਖ ਦੁੱਖ ਸੁੱਖ ਪਾਈਏ ਇੱਕ ਨੂੰ ਹੁਕਮੇ ਬਖਸੀਸੇ ਹੁਕਮੀ ਸਦਾ ਪੁਆਈਏ ਹੁਕਮ ਅੰਦਰ ਸਭ ਕੋ ਪਾਰ ਹੁਕਮ ਨਾ ਕੋ ਨਾਨਕ ਹੁਕਮੇ ਦੇ ਮੁਰੇ ਤਾਂ ਹਮੇ ਗਏ ਨਕੋ ਹੈ। ਗੱਤਕਾ ਖੇਡ ਲੈਣੇ ਹੋ? ਖੇਡਣਾ ਫਿਰ ਅੱਜ? ਹਾਂਜੀ। ਕਿਹਦੇ ਨਾਲ ਕਰਨਾ ਮੁਕਾਬਲਾ? ਜਿਹੜੀ ਫੌਜ ਆਊਗੀ। ਜਿਹੜੀ ਫੌਜ ਆਊਗੀ, ਤਿਆਰ ਹੋ ਮੁਕਾਬਲੇ ਲਈ? ਹਾਂਜੀ। ਚਲੋ ਇੱਕ ਵਾਰੀ ਚੱਕਰ ਘੁਮਾ ਕੇ ਦਿਖਾ ਦੋ ਫਿਰ। ਇਹ ਨੇ ਗੁਰੂ ਦੀਆਂ ਲਾਡਲੀਆਂ ਫੌਜਾਂ, ਨਿਹੰਗ ਸਿੰਘ ਫੌਜਾਂ, ਜਿਹੜੀਆਂ ਕਹਿ ਰਹੀਆਂ ਨੇ ਕਿ ਘਰ ਦੇ ਵਿੱਚ ਜੇ ਕਿਸੇ ਨੂੰ ਰੰਗ ਲਗਾਈਏ ਤਾਂ ਕੋਈ ਟੋਕਾ ਟੋਕੀ ਕਰਦਾ, ਪਰ ਇੱਥੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਵੱਖਰਾ ਆਨੰਦ ਹੈ। ਸਭ ਜਿਹੜਾ ਗੁਰੂ ਦਾ ਹੋਲਾ ਮੁਹੱਲਾ ਮਨਾ ਰਹੇ ਨੇ। ਕੈਮਰਾਮੈਨ ਵਰਿੰਦਰ ਦੇ ਨਾਲ ਮਨਿੰਦਰ ਸ਼ੇਰਗਿੱਲ, ਜਗਬਾਣੀ ਟੀਵੀ।